ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਫਤਿਹ ਐਡੂਕੋਮ 'ਤੇ ਤੁਹਾਡਾ ਸਵਾਗਤ ਆ। ਮੈਂ ਹਾਂ ਨਵਨੀਤ। ਸੋ ਇਨਵਾਇਰਮੈਂਟ ਦਾ ਜਿਹੜਾ ਇੱਕ ਟੋਪਿਕ ਹੈ, ਬਹੁਤ ਜ਼ਿਆਦਾ ਇੰਪੋਰਟੈਂਟ ਟੋਪਿਕ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ। ਤੁਹਾਡੇ ਜਿੰਨੇ ਵੀ ਅਪਕਮਿੰਗ ਐਗਜ਼ਾਮਸ ਨੇ, ਚਾਹੇ PSSSB ਦਾ, ਚਾਹੇ PPSC ਦਾ, ਚਾਹੇ ਸੈਂਟਰਲ ਗਵਰਨਮੈਂਟ ਦਾ ਕੋਈ ਵੀ ਐਗਜ਼ਾਮ ਤੁਸੀਂ ਦਿੰਦੇ ਆ, ਸੋ ਦੇਖੋ, ਤੁਸੀਂ ਦੇਖਿਆ ਹੀ ਹੋਊਗਾ ਕਿ ਇਨਵਾਇਰਮੈਂਟ ਸੈਕਸ਼ਨ ਦੇ ਵਿੱਚ ਇੱਕ ਕੁਐਸਚਨ ਬਹੁਤ ਕਾਮਨ ਹੁੰਦਾ ਆ। ਮਤਲਬ ਦੋ ਤਰ੍ਹਾਂ ਦੇ ਕੁਐਸਚਨਸ ਬਹੁਤ ਕਾਮਨ ਹੁੰਦੇ ਆ। ਇੱਕ ਹੁੰਦਾ ਹੈ, ਪੁੱਛਿਆ ਜਾਂਦਾ ਹੈ ਕਿ ਸਪੀਸੀਜ਼ ਜਿਹੜੀ ਹੈ ਕ੍ਰਿਟੀਕਲੀ ਇੰਡੇਂਜਰਡ ਆ, ਇੰਡੇਂਜਰਡ ਆ, ਵਲਨਰੇਬਲ ਆ, ਲੀਸ ਥਰੈਟਨਡ ਆ, ਅਤੇ ਇੱਕ ਤਰ੍ਹਾਂ ਦੇ ਕੁਐਸਚਨ ਜਿਹੜੇ ਆ ਕਨਵੈਨਸ਼ਨਸ ਰਿਲੇਟਡ ਆਉਂਦੇ ਆ। ਸੋ ਕਨਵੈਨਸ਼ਨਸ ਰਿਲੇਟਡ ਜਿਹੜਾ ਮੈਂ ਤੁਹਾਨੂੰ ਨੈਕਸਟ ਲੈਕਚਰ ਜਿਹੜਾ ਪਾਊਂਗੀ ਇਨਵਾਇਰਮੈਂਟ ਦਾ, ਉਹਦੇ ਵਿੱਚ ਕਰਾਊਂਗੀ। ਲੇਕਿਨ ਅੱਜ ਅਸੀਂ ਗੱਲ ਕਰਾਂਗੇ ਜਿਹੜੀਆਂ ਕ੍ਰਿਟੀਕਲੀ ਇੰਡੇਂਜਰਡ ਜਾਂ ਇੰਡੇਂਜਰਡ ਸਪੀਸੀਜ਼ ਜਾਂ ਵਲਨਰੇਬਲ ਸਪੀਸੀਜ਼ ਹੁੰਦੀਆਂ ਨੇ, ਜੋ ਇੰਟਰਨੈਸ਼ਨਲ ਯੂਨੀਅਨ ਫੋਰ ਕੰਜ਼ਰਵੇਸ਼ਨ ਆਫ ਨੇਚਰ ਜਿਹੜਾ ਆ ਉਹਨਾਂ ਨੂੰ ਆਈਡੈਂਟੀਫਾਈ ਕਰਦਾ ਹੈ ਕਿ ਇਹ ਸਪੀਸੀਜ਼ ਕ੍ਰਿਟੀਕਲੀ ਇੰਡੇਂਜਰਡ ਦੇ ਅੰਡਰ ਆਏਗੀ ਜਾਂ ਇੰਡੇਂਜਰਡ ਜਾਂ ਵਲਨਰੇਬਲ ਜਾਂ ਲੀਸ ਥਰੈਟਨਡ। ਸੋ ਉਹਦੇ ਬਾਰੇ ਜਿੰਨੀਆਂ ਵੀ ਸਪੀਸੀਜ਼, ਇਹਦੇ ਵਿੱਚ ਤਾਂ ਵੈਸੇ ਬਹੁਤ ਸਾਰੀਆਂ ਸਪੀਸੀਜ਼ ਨੇ, ਬਟ ਆਪਾਂ ਉਹ ਸਪੀਸੀਜ਼ ਕਵਰ ਕਰਾਂਗੇ ਜਿਹੜੀਆਂ ਕਿ ਤੁਹਾਡੇ ਪੇਪਰਾਂ ਦੇ ਵਿੱਚ ਬਾਰ ਬਾਰ ਰਿਪੀਟ ਹੁੰਦੀਆਂ ਨੇ, ਠੀਕ ਹੈ। ਸੋ ਸਭ ਤੋਂ ਪਹਿਲਾਂ ਤਾਂ ਆਪਾਂ IUCN ਦੇ ਬਾਰੇ ਜਾਣਦੇ ਹਾਂ। ਸੋ IUCN ਦਾ ਜਿਹੜੀ ਫੁੱਲ ਫੋਰਮ ਹੈਗੀ ਹੈ, ਦੈਟ ਇਜ਼ ਇੰਟਰਨੈਸ਼ਨਲ ਯੂਨੀਅਨ ਫੋਰ ਕੰਜ਼ਰਵੇਸ਼ਨ ਆਫ ਨੇਚਰ, ਠੀਕ ਹੈ, ਇੰਟਰਨੈਸ਼ਨਲ ਯੂਨੀਅਨ ਫੋਰ ਕੰਜ਼ਰਵੇਸ਼ਨ ਆਫ ਨੇਚਰ। ਸੋ ਇਹ ਜਿਹੜਾ IUCN ਹੈ, ਇਹ 1948 ਦੇ ਵਿੱਚ ਇਸਟੈਬਲਿਸ਼ ਹੋਇਆ ਸੀ, ਐਂਡ ਇਹਦੇ ਹੈ ਜਿਹੜੇ ਹੈੱਡਕੁਆਟਰਸ ਨੇ ਉਹ ਹੈਗੇ ਨੇ ਜਨੀਵਾ, ਸਵਿਟਜ਼ਰਲੈਂਡ। ਸੋ ਇਹ ਜਿਹੜਾ ਆ ਤੁਹਾਨੂੰ ਐਗਜ਼ਾਮ ਦੇ ਵਿੱਚ ਕਿਤੇ ਵੀ ਪੁੱਛਿਆ ਜਾ ਸਕਦਾ ਆ। ਸੋ IUCN ਵਾਜ਼ ਇਸਟੈਬਲਿਸ਼ਡ ਇਨ 1948 ਵਿਦ ਇਟਸ ਹੈੱਡਕੁਆਟਰਸ ਇਨ ਜਨੀਵਾ, ਸਵਿਟਜ਼ਰਲੈਂਡ। ਅਤੇ IUCN ਨੇ ਜਿਹੜੀ ਫਸਟ ਟਾਈਮ ਰੈੱਡ ਲਿਸਟ ਕ੍ਰੀਏਟ ਕੀਤੀ ਸੀਗੀ, ਇਹ ਰੈੱਡ ਲਿਸਟ ਜਿਹੜੀ ਹੈ ਉਹ 1964 ਦੇ ਵਿੱਚ ਫਸਟ ਟਾਈਮ ਕ੍ਰੀਏਟ ਕੀਤੀ ਗਈ ਸੀ। ਫਸਟ ਟਾਈਮ ਇਟ ਵਾਜ਼ ਕ੍ਰੀਏਟਿਡ ਇਨ 1964। ਇਸ ਤੋਂ ਇਲਾਵਾ IUCN ਦਾ ਇੱਕ ਗ੍ਰੀਨ ਲਿਸਟ ਪ੍ਰੋਗਰਾਮ ਵੀ ਹੈਗਾ ਆ, ਗ੍ਰੀਨ ਲਿਸਟ ਪ੍ਰੋਗਰਾਮ। ਸੋ ਇਹ ਗ੍ਰੀਨ ਲਿਸਟ ਪ੍ਰੋਗਰਾਮ ਦੇ ਵਿੱਚ ਮੇਨਲੀ ਜਿਹੜੇ ਕੰਜ਼ਰਵੇਸ਼ਨ ਏਰੀਆਜ਼ ਨੇ ਜਾਂ ਪ੍ਰੋਟੈਕਟਿਡ ਏਰੀਆਜ਼ ਨੇ ਉਹਨਾਂ ਨੂੰ ਵਧਾਉਣਾ, ਉਹਨਾਂ ਦੀ ਇਫੈਕਟਿਵ ਮੈਨੇਜਮੈਂਟ, ਸੋ ਉਹਦੇ ਉੱਤੇ ਜਿਹੜਾ ਆ ਜ਼ੋਰ ਦਿੱਤਾ ਜਾਂਦਾ ਆ, ਠੀਕ ਹੈ, ਪ੍ਰੋਟੈਕਟਿਵ ਏਰੀਆਜ਼ ਜਿੱਦਾਂ ਨੈਸ਼ਨਲ ਪਾਰਕਸ ਵਗੈਰਾ, ਵਾਈਲਡ ਲਾਈਫ ਸੈਂਚੁਰੀਜ਼ ਵਗੈਰਾ, ਇਹ ਸਾਰੀਆਂ ਚੀਜ਼ਾਂ, ਠੀਕ ਆ। ਸਭ ਤੋਂ ਪਹਿਲਾਂ ਗੱਲ ਆਪਾਂ, ਤੁਸੀਂ ਆਪਣੀ ਨੋਟਬੁੱਕ ਦੇ ਉੱਤੇ ਹੈਡਿੰਗ ਬਣਾ ਲਓ, ਠੀਕ ਹੈ, ਤਿੰਨ ਹਿੱਸਿਆਂ ਦੇ ਵਿੱਚ ਡਿਵਾਈਡ ਕਰ ਲਓ। ਇੱਕ ਪਾਸੇ ਲਿਖ ਲਓ ਕ੍ਰਿਟੀਕਲੀ ਇੰਡੇਂਜਰਡ, ਦੂਜੇ ਪਾਸੇ ਲਿਖ ਲਓ ਇੰਡੇਂਜਰਡ, ਠੀਕ ਹੈ, ਅਤੇ ਥਰਡ ਨੰਬਰ 'ਤੇ ਤੁਸੀਂ ਲਿਖ ਲਓ ਵਲਨਰੇਬਲ। ਹੁਣ ਸਭ ਤੋਂ ਪਹਿਲਾਂ ਜਿਹੜਾ ਪੁਆਇੰਟ ਹੈਗਾ ਆ ਕਿ ਇਹਨਾਂ ਨੂੰ ਆਪਾਂ ਕਿੱਦਾਂ ਕਲਾਸੀਫਾਈ ਕਰਦੇ ਹਾਂ। ਸੋ ਪਹਿਲਾ ਪੁਆਇੰਟ ਜਿਹੜਾ ਆ ਉਹ ਤੁਸੀਂ ਲਿਖਣਾ ਆ ਰਿਡਕਸ਼ਨ ਇਨ ਪਾਪੂਲੇਸ਼ਨ ਸਾਈਜ਼। ਜੇਕਰ ਆਪਾਂ ਰਿਡਕਸ਼ਨ ਵੇਖੀਏ ਪਾਪੂਲੇਸ਼ਨ ਸਾਈਜ਼ ਦੇ ਵਿੱਚ ਕਿੰਨੀ ਹੈ, ਤਾਂ ਪਿਛਲੇ 10 ਸਾਲਾਂ ਦੇ ਵਿੱਚ ਜਿਹੜੀਆਂ ਕ੍ਰਿਟੀਕਲੀ ਐਂਡੇਂਜਰਡ ਸਪੀਸੀਜ਼ ਹੁੰਦੀਆਂ ਨੇ, ਇਹਨਾਂ ਦੇ ਵਿੱਚ ਮੋਰ ਦੈਨ 90% ਜਿਹੜਾ ਆ ਓਵਰ ਲਾਸਟ 10 ਈਅਰਸ ਰਿਡਕਸ਼ਨ ਜਿਹੜੀ ਇਹਨਾਂ ਦੀ ਪਾਪੂਲੇਸ਼ਨ ਸਾਈਜ਼ ਦੇ ਵਿੱਚ ਦੇਖੀ ਗਈ ਹੈ। ਕਿਹੜੀਆਂ? ਕ੍ਰਿਟੀਕਲੀ ਐਂਡੇਂਜਰਡ। ਜੇਕਰ ਆਪਾਂ ਇੰਡੇਂਜਰਡ ਸਪੀਸੀਜ਼ ਦੀ ਗੱਲ ਕਰੀਏ, ਤਾਂ ਇਹਦੇ ਵਿੱਚ ਮੋਰ ਦੈਨ 70% ਰਿਡਕਸ਼ਨ ਜਿਹੜੀ ਹੈ ਓਵਰ ਲਾਸਟ 10 ਈਅਰਸ ਸਾਨੂੰ ਦੇਖਣ ਨੂੰ ਮਿਲੀ ਹੈ। ਅਤੇ ਜੇਕਰ ਆਪਾਂ ਵਲਨਰੇਬਲ ਸੈਕਸ਼ਨ ਦੀ ਗੱਲ ਕਰੀਏ, ਤਾਂ ਵਲਨਰੇਬਲ ਸੈਕਸ਼ਨ ਦੇ ਵਿੱਚ ਮੋਰ ਦੈਨ 50% ਰਿਡਕਸ਼ਨ ਜਿਹੜੀ ਹੈ ਲਾਸਟ 10 ਈਅਰਸ ਦੇ ਵਿੱਚ ਸਾਨੂੰ ਸਪੀਸੀਜ਼ ਦੀ ਮਿਲੀ ਹੈ, ਠੀਕ ਹੈ। ਸੋ ਇਹ ਪਹਿਲਾ ਪੁਆਇੰਟ ਤਾਂ ਇਹ ਹੋ ਗਿਆ ਬੇਸਡ ਔਨ ਦਾ ਰਿਡਕਸ਼ਨ ਇਨ ਪਾਪੂਲੇਸ਼ਨ ਸਾਈਜ਼। ਕ੍ਰਿਟੀਕਲੀ ਇੰਡੇਂਜਰਡ ਉਹ ਸਪੀਸੀਜ਼ ਹੁੰਦੀਆਂ ਨੇ ਜਿਹੜੀਆਂ ਮਤਲਬ 90% ਤੋਂ ਵੀ ਜ਼ਿਆਦਾ ਉਹਨਾਂ ਦੀ ਪਾਪੂਲੇਸ਼ਨ ਜਿਹੜੀ ਹੈ ਪਿਛਲੇ 10 ਸਾਲਾਂ ਦੇ ਵਿੱਚ ਘਟੀ ਹੈ। ਇੰਡੇਂਜਰਡ ਦੇ ਵਿੱਚ ਉਹ ਆਉਂਦੀਆਂ ਜਿਨ੍ਹਾਂ ਦੀ 70% ਤੋਂ ਵੀ ਜ਼ਿਆਦਾ ਪਿਛਲੇ 10 ਸਾਲਾਂ 'ਚ ਘਟੀ ਹੈ, ਅਤੇ ਵਲਨਰੇਬਲ ਦੇ ਵਿੱਚ ਉਹ ਸਪੀਸੀਜ਼ ਆਉਂਦੀਆਂ ਜਿਹੜੀਆਂ ਕਿ 50% ਤੋਂ ਵੀ ਜ਼ਿਆਦਾ ਉਹਨਾਂ ਦੀ ਪਾਪੂਲੇਸ਼ਨ ਜਿਹੜੀ ਹੈ ਪਿਛਲੇ 10 ਸਾਲਾਂ ਦੇ ਵਿੱਚ ਘਟੀ ਹੈ, ਠੀਕ ਹੈ। ਹੁਣ ਸੈਕਿੰਡ ਪੁਆਇੰਟ ਜਿਹੜਾ ਹੈ ਉਹ ਤੁਸੀਂ ਲਿਖੋ ਕਿ ਪ੍ਰੈਜੈਂਟ ਪਾਪੂਲੇਸ਼ਨ ਦੀ, ਜਿੱਦਾਂ ਆਪਾਂ ਗੱਲ ਕਰੀਏ ਪ੍ਰੈਜੈਂਟ ਪਾਪੂਲੇਸ਼ਨ ਕੀ ਹੈ, ਉਹਦਾ ਪ੍ਰੈਜੈਂਟ ਪਾਪੂਲੇਸ਼ਨ ਦਾ ਕੀ ਸਟੇਟਸ ਹੈ ਤਿੰਨੇ ਕੈਟਾਗਰੀਜ਼ ਦੇ ਵਿੱਚ। ਸੋ ਸਭ ਤੋਂ ਪਹਿਲੀ ਕੈਟਾਗਰੀ ਹੈਗੀ ਹੈ, ਸੋ ਇੱਥੇ ਮੈਂ ਲਿਖ ਦਿੰਦੀ ਹਾਂ ਪ੍ਰੈਜੈਂਟ ਪਾਪੂਲੇਸ਼ਨ ਸਾਈਜ਼। ਪ੍ਰੈਜੈਂਟ
ਪੋਪੂਲੇਸ਼ਨ ਸਾਈਜ਼ ਕੀ ਹੈ। ਹੁਣ ਸਭ ਤੋਂ ਪਹਿਲਾਂ ਅਗਰ ਆਪਾਂ ਗੱਲ ਕਰੀਏ ਤਾਂ ਕ੍ਰਿਟੀਕਲੀ ਇੰਡੇਂਜਰਡ ਦੇ ਐਜ ਵੇਲੇ ਜਿਹੜੇ ਆ ਨੰਬਰ ਜਿਹੜਾ ਪ੍ਰੈਜੈਂਟ ਹੈਗਾ ਇਹਨਾਂ ਇੰਡੀਵਿਜੂਅਲਸ ਦਾ ਉਹ 50 ਮੈਚੋਰ ਇੰਡੀਵਿਜੂਅਲਸ ਤੋਂ ਵੀ ਘੱਟ ਹੈ। ਠੀਕ ਹੈ, 50 ਲੈੱਸ ਦੈਨ, ਤੁਸੀਂ ਲਿਖ ਲਓ ਨੰਬਰ ਲੈੱਸ ਦੈਨ 50 ਮੈਚੋਰ ਇੰਡੀਵਿਜੂਅਲਸ, ਨੰਬਰ ਲੈੱਸ ਦੈਨ 50 ਮਤਲਬ 50 ਤੋਂ ਵੀ ਘੱਟ ਜਿਹੜੇ ਇੰਡੀਵਿਜੂਅਲਸ ਆ ਇਹਨਾਂ ਦੇ ਬੱਚੇ ਨੇ। ਇੰਡੇਂਜਰਡ ਸਪੀਸੀਜ਼ ਦੇ ਵਿੱਚ ਜਿਹੜਾ ਇਹ ਨੰਬਰ ਆ 250 ਮੈਚੋਰ ਇੰਡੀਵਿਜੂਅਲਸ ਤੋਂ ਵੀ ਘੱਟ ਆ। ਠੀਕ ਹੈ, ਅਤੇ ਉਸ ਤੋਂ ਬਾਅਦ ਵਲਨਰੇਬਲ ਦੀ ਗੱਲ ਕਰੀਏ ਤਾਂ 10,000 ਮੈਚੋਰ ਇੰਡੀਵਿਜੂਅਲਸ ਤੋਂ ਵੀ ਨੰਬਰ ਜਿਹੜਾ ਆ ਘੱਟ ਆ। ਸੋ ਕ੍ਰਿਟੀਕਲੀ ਇੰਡੇਂਜਰਡ ਦੇ ਵਿੱਚ 50 ਤੋਂ ਵੀ ਘੱਟ ਹੈ, ਇੰਡੇਂਜਰਡ ਦੇ ਵਿੱਚ 250 ਤੋਂ ਵੀ ਘੱਟ ਰਹਿ ਗਏ ਆ, ਐਂਡ ਵਲਨਰੇਬਲ ਦੇ ਵਿੱਚ 10,000 ਤੋਂ ਘੱਟ ਹੈ। ਤੀਸਰਾ ਪੁਆਇੰਟ ਜਿਹੜਾ ਇਹਨਾਂ ਨੂੰ ਕਲਾਸੀਫਾਈ ਕਰਨ ਦਾ ਹੈਗਾ ਆ, ਸੋ ਉਹ ਹੈਗਾ ਆ ਕਿ ਇਹਨਾਂ ਦੀ ਪ੍ਰੋਬੇਬਿਲਿਟੀ ਕੀ ਆ ਐਕਸਟਿੰਕਟ ਹੋਣ ਦੀ ਵਾਈਲਡ ਦੇ ਵਿੱਚ। ਠੀਕ ਹੈ, ਸੋ ਲਿਖੋ ਥਰਡ ਪੁਆਇੰਟ ਹੈਗਾ ਆ ਪ੍ਰੋਬੇਬਿਲਿਟੀ ਆਫ ਐਕਸਟਿੰਕਸ਼ਨ ਇਨ ਵਾਈਲਡ, ਕਿ ਵਾਈਲਡ ਦੇ ਵਿੱਚੋਂ ਇਹ ਖਤਮ ਹੀ ਹੋ ਜਾਣ ਉਹਦੀ ਕੀ ਪ੍ਰੋਬੇਬਿਲਿਟੀ ਹੈ। ਸੋ ਉਹਦੀ ਪ੍ਰੋਬੇਬਿਲਿਟੀ ਹੈ ਕਿ ਅਗਲੇ 10 ਸਾਲਾਂ ਦੇ ਵਿੱਚ ਜਿਹੜੇ ਕ੍ਰਿਟੀਕਲੀ ਐਂਡੇਂਜਰਡ ਸਪੀਸੀਜ਼ ਨੇ ਉਹ ਐਟਲੀਸਟ 50% ਜਿਹੜੀਆਂ ਆ ਵਿਦਇਨ ਟੈਨ ਈਅਰਸ ਉਹ ਐਕਸਟਿੰਕਟ ਹੋ ਸਕਦੀਆਂ ਨੇ ਵਾਈਲਡ ਦੇ ਵਿੱਚ। ਇੰਡੇਂਜਰਡ ਦੀ ਗੱਲ ਕਰੀਏ ਤਾਂ ਇਹ ਜਿਹੜੀਆਂ ਨੇ ਇਹ ਐਟਲੀਸਟ 20% ਐਕਸਟਿੰਕਟ ਹੋ ਸਕਦੀਆਂ ਨੇ ਵਿਦਇਨ ਅਗਲੇ ਆਉਣ ਵਾਲੇ 20 ਈਅਰਸ ਦੇ ਵਿੱਚ, ਅਤੇ ਜਿਹੜੀਆਂ ਵਲਨਰੇਬਲ ਨੇ ਇਹ ਐਟਲੀਸਟ 10% ਜਿਹੜੀਆਂ ਨੇ ਐਕਸਟਿੰਕਟ ਹੋ ਸਕਦੀਆਂ ਨੇ ਵਿਦਇਨ ਕਮਿੰਗ 100 ਈਅਰਸ। ਠੀਕ ਹੈ, ਮੈਂ ਰਿਪੀਟ ਕਰ ਦਿੰਦੀ ਹਾਂ। ਸੋ ਪਹਿਲਾ ਪੁਆਇੰਟ ਆਪਾਂ ਦੇਖਿਆ ਰਿਡਕਸ਼ਨ ਇਨ ਪੋਪੂਲੇਸ਼ਨ ਸਾਈਜ਼, ਜਿਹਦੇ ਵਿੱਚ ਆਪਾਂ ਪੜ੍ਹਿਆ ਕਿ ਕ੍ਰਿਟੀਕਲੀ ਇੰਡੇਂਜਰਡ ਦੇ ਵਿੱਚ 90% ਤੋਂ ਵੀ ਜ਼ਿਆਦਾ ਜਿਹੜੀਆਂ ਪਿਛਲੇ 10 ਸਾਲ ਦੇ ਵਿੱਚ ਪੋਪੂਲੇਸ਼ਨ ਰਿਡਿਊਸ ਹੋ ਗਈ ਹੈ, ਇੰਡੇਂਜਰਡ ਦੇ ਵਿੱਚ 70%, ਵਲਨਰੇਬਲ ਦੇ ਵਿੱਚ 50% ਤੋਂ ਵੀ ਜ਼ਿਆਦਾ। ਦੂਸਰਾ ਪੁਆਇੰਟ ਆਪਾਂ ਪੜ੍ਹਿਆ ਪ੍ਰੈਜੈਂਟ ਪੋਪੂਲੇਸ਼ਨ ਸਾਈਜ਼, ਜਿਹਦੇ ਵਿੱਚ ਕ੍ਰਿਟੀਕਲੀ ਇੰਡੇਂਜਰਡ ਦੇ ਵਿੱਚ 50 ਦੇ ਲਾਗੇ ਚਾਗੇ ਇੰਡੀਵਿਜੂਅਲਸ ਨੇ। ਠੀਕ ਹੈ, ਇੰਡੇਂਜਰਡ ਦੇ ਵਿੱਚ ਜਿਹੜੇ ਆ 250 ਦੇ ਲਾਗੇ ਚਾਗੇ, ਐਂਡ ਵਲਨਰੇਬਲ ਮੀਨਸ 10,000 ਤੋਂ ਥੱਲੇ। ਤੀਸਰਾ ਪੁਆਇੰਟ ਹੈਗਾ ਕਿ ਪ੍ਰੋਬੇਬਿਲਿਟੀ ਕੀ ਹੈ ਵਾਈਲਡ ਦੇ ਵਿੱਚ ਐਕਸਟਿੰਕਟ ਹੋਣ ਦੀ। ਸੋ ਉਹਦੇ ਵਿੱਚ ਹੈਗਾ ਕ੍ਰਿਟੀਕਲੀ ਇੰਡੇਂਜਰਡ ਜਿਹੜੇ ਆ ਅਗਲੇ 10 ਸਾਲਾਂ ਦੇ ਵਿੱਚ 50% ਜਿਹੜੇ ਆ ਇਹ ਮਤਲਬ ਇਹਨਾਂ ਦੀ ਪ੍ਰੋਬੇਬਿਲਿਟੀ ਹੈਗੀ ਐਕਸਟਿੰਕਟ ਹੋਣ ਦੀ। ਇੰਡੇਂਜਰਡ ਵਾਲੇ ਜਿਹੜੇ ਅਗਲੇ 20 ਸਾਲਾਂ ਦੇ ਵਿੱਚ 20% ਘੱਟ ਸਕਦੇ ਆ, ਅਤੇ ਵਲਨਰੇਬਲ ਦੇ ਵਿੱਚ ਕੀ ਹੈ ਕਿ ਅਗਲੇ 100 ਸਾਲਾਂ ਦੇ ਵਿੱਚ 10% ਜਿਹੜੀ ਹੈ ਇਹਦੀ ਪ੍ਰੋਬੇਬਿਲਿਟੀ ਹੈਗੀ ਹੈ ਐਕਸਟਿੰਕਟ ਹੋਣ ਦੀ। ਠੀਕ ਹੈ, ਹੁਣ ਲਾਸਟ ਜਿਹੜਾ ਪੁਆਇੰਟ ਹੈਗਾ ਆ ਉਹ ਹੈਗਾ ਆ ਕਿ ਇਹਦਾ ਮਤਲਬ ਡਿਗਰੀ ਆਫ ਰਿਸਕ ਕੀ ਆ। ਠੀਕ ਹੈ, ਕ੍ਰਿਟੀਕਲੀ ਇੰਡੇਂਜਰਡ, ਇੰਡੇਂਜਰਡ ਅਤੇ ਵਲਨਰੇਬਲ ਵਾਸਤੇ ਜਿਹੜਾ ਆ ਡਿਗਰੀ ਆਫ ਰਿਸਕ ਕੀ ਹੈ। ਸੋ ਉਹਦੇ ਵਾਸਤੇ ਜਿਹੜਾ ਕ੍ਰਿਟੀਕਲੀ ਇੰਡੇਂਜਰਡ ਨੇ ਇਹਨਾਂ ਦੀ ਐਕਸਟ੍ਰੀਮ ਹਾਈ ਰਿਸਕ ਆ ਐਕਸਟਿੰਕਸ਼ਨ ਦਾ, ਐਕਸਟ੍ਰੀਮ ਹਾਈ ਰਿਸਕ ਆਫ ਐਕਸਟਿੰਕਸ਼ਨ। ਠੀਕ ਹੈ, ਆਫ ਐਕਸਟਿੰਕਸ਼ਨ। ਅਤੇ ਜੇਕਰ ਆਪਾਂ ਅਦੀ ਗੱਲ ਕਰੀਏ ਇੰਡੇਂਜਰਡ ਦੀ ਤਾਂ ਇਹਨੂੰ ਆਪਾਂ ਕਹਿ ਦਿੰਦੇ ਹਾਂ ਵੈਰੀ ਹਾਈ ਰਿਸਕ ਆਫ ਐਕਸਟਿੰਕਸ਼ਨ, ਅਤੇ ਜੇਕਰ ਆਪਾਂ ਵਲਨਰੇਬਲ ਦੀ ਗੱਲ ਕਰੀਏ ਤਾਂ ਇਹਦਾ ਹਾਈ ਰਿਸਕ ਆਫ ਐਕਸਟਿੰਕਸ਼ਨ ਇਨ ਵਾਈਲਡ। ਠੀਕ ਹੈ, ਸੋ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਕਲਾਸੀਫਾਈ ਕਰਦੇ ਹਾਂ। ਹੁਣ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਦੱਸਾਂਗੀ ਜਿਹੜੀਆਂ ਪੇਪਰਾਂ ਦੇ ਵਿੱਚ ਕ੍ਰਿਟੀਕਲੀ ਇੰਡੇਂਜਰਡ ਸਪੀਸੀਜ਼ ਬਾਰ ਬਾਰ ਰਿਪੀਟ ਹੁੰਦੀਆਂ ਨੇ, ਸੋ ਉਹਦੀਆਂ ਤੁਸੀਂ ਐਗਜ਼ਾਮਪਲਸ ਲਿਖ ਲਓ। ਸਭ ਤੋਂ ਪਹਿਲਾਂ ਲਿਖੋ ਬੰਗਾਲ ਫਲੋਰਿਕਨ। ਠੀਕ ਹੈ, ਦੂਸਰੇ ਨੰਬਰ 'ਤੇ ਲਿਖ ਲਓ ਗੋਲਡਨ ਲੰਗੂਰ। ਤੀਸਰੇ ਨੰਬਰ 'ਤੇ ਲਿਖੋ ਗ੍ਰੇਟ ਇੰਡੀਅਨ ਬਸਟਰਡ। ਇਹ ਰਾਜਸਥਾਨ ਦਾ ਸਟੇਟ ਬਰਡ ਵੀ ਹੈ। ਠੀਕ ਹੈ, ਗ੍ਰੇਟ ਇੰਡੀਅਨ ਬਸਟਰਡ। ਉਸ ਤੋਂ ਬਾਅਦ ਘੜਿਆਲ। ਠੀਕ ਹੈ, ਉਸ ਤੋਂ ਬਾਅਦ ਲਿਖੋ ਹੰਪਬੈਕਡ ਮਹਾਸੀਰ।
ਨੈਕਸਟ ਲਿਖੋ ਮਾਲਾਬਾਰ ਸਿਵਿਟ, ਮਾਲਾਬਾਰ ਸਿਵਿਟ। ਨੈਕਸਟ ਲਿਖੋ ਪੀਕੋਕ, ਪੀਕੋਕ ਤਰੰਤੁਲਾ, ਤਰੰਤੁਲਾ। ਨੈਕਸਟ ਲਿਖੋ ਰਮੇਸ਼ਵਰ ਓਰਨਾਮੈਂਟਲ ਤਰੰਤੁਲਾ, ਰਮੇਸ਼ਵਰ ਓਰਨਾਮੈਂਟਲ ਤਰੰਤੁਲਾ। ਨੈਕਸਟ ਲਿਖੋ ਸੁਮਤਰਨ ਐਂਡ ਜਾਵਨ, ਜਾਵਨ ਸੁਮਤਰਾ ਅਤੇ ਜਾਵਾ ਤੋਂ ਵਿੱਚ ਜਿਹੜੇ ਬਿਲੋਂਗ ਕਰਦੇ ਰਾਈਨੋ ਨੇ, ਠੀਕ ਹੈ। ਇੰਡੀਅਨ ਰਾਈਨੋ ਜਿਹੜਾ ਆ ਵਲਨਰੇਬਲ ਆ, ਲੇਕਿਨ ਸੁਮਤਰਨ ਅਤੇ ਜਾਵਾ ਜਿਹੜੇ ਜਾਵਨ ਰਾਈਨੋ ਨੇ ਇਹ ਕ੍ਰਿਟੀਕਲੀ ਐਂਡੇਂਜਰਡ ਨੇ। ਉਸ ਤੋਂ ਬਾਅਦ ਕੁਛ ਵਲਚਰ ਦੀਆਂ ਸਪੀਸ਼ੀਜ਼ ਜਿਹੜੀਆਂ ਨੇ ਉਹ ਵੀ ਕ੍ਰਿਟੀਕਲੀ ਐਂਡੇਂਜਰਡ ਨੇ, ਜਿਹਦੇ ਵਿੱਚ ਜਿਪਸ ਇੰਡੀਕਾ ਸਿੱਕ ਤੇ ਆਉਂਦੀ ਆ, ਠੀਕ ਹੈ। ਇਸ ਤੋਂ ਇਲਾਵਾ ਸਲੈਂਡਰ ਲੌਂਗ ਬਿਲਡ ਵਲਚਰ ਜਿਹੜੀ ਆ ਇਹ ਵੀ ਕ੍ਰਿਟੀਕਲੀ ਐਂਡੇਂਜਰਡ ਆ, ਅਤੇ ਵਾਈਟ ਬੈਕਟ ਜਿਹੜੀ ਆ ਇਹ ਵੀ ਕ੍ਰਿਟੀਕਲੀ ਇੰਡੇਂਜਰਡ ਵਲਚਰ ਆ, ਠੀਕ ਹੈ। ਦੈਨ ਉਸ ਤੋਂ ਬਾਅਦ ਹੈਗਾ ਆ ਹੰਗੂਲ, ਜਿਹਨੂੰ ਕਸ਼ਮੀਰੀ ਸਟੈਗ ਵੀ ਬੋਲਦੇ ਆ, ਠੀਕ ਹੈ। ਡਾਚੀਗਮ ਨੈਸ਼ਨਲ ਪਾਰਕ ਇਹਦਾ ਨੈਚੁਰਲ ਅਵਾਰਡ ਆ, ਸੋ ਇਹ ਕਸ਼ਮੀਰ ਦੇ ਵਿੱਚ ਰਹਿੰਦਾ ਆ, ਠੀਕ ਹੈ। ਹੰਗੂਲ ਕਸ਼ਮੀਰੀ ਸਟੈਗ ਇਹ ਵੀ ਕ੍ਰਿਟੀਕਲੀ ਇੰਡੇਂਜਰਡ ਆ। ਉਸ ਤੋਂ ਬਾਅਦ ਆ ਗਿਆ ਤੁਹਾਡਾ ਹਿਮਾਲੀਅਨ ਬਰਾਊਨ, ਹਿਮਾਲੀਅਨ ਬਰਾਊਨ, ਜਾਂ ਇਹਨੂੰ ਰੈੱਡ ਬੀਅਰ ਵੀ ਬੋਲਦੇ ਆ, ਸੋ ਇਹ ਵੀ ਕ੍ਰਿਟੀਕਲੀ ਇੰਡੇਂਜਰਡ ਆ। ਫਿਰ ਉਸ ਤੋਂ ਬਾਅਦ ਆ ਗਿਆ ਤੁਹਾਡਾ ਪਿਗਮੀ ਹੌਗ, ਇਹ ਵੀ ਕ੍ਰਿਟੀਕਲ ਇੰਡੇਂਜਰਡ ਆ। ਫਿਰ ਆ ਗਿਆ ਤੁਹਾਡਾ ਚਾਈਨੀਜ਼ ਪੈਂਗੁਲਿਨ, ਇੰਡੀਅਨ ਪੈਂਗੁਲਿਨ ਜਿਹੜਾ ਆ ਇਹ ਇੰਡੇਂਜਰਡ ਆ, ਚਾਈਨੀਜ਼ ਪੈਂਗੁਲਿਨ ਜਿਹੜਾ ਇਹ ਕ੍ਰਿਟੀਕਲੀ ਇੰਡੇਂਜਰਡ ਆ, ਠੀਕ ਹੈ, ਯਾਦ ਰੱਖਿਓ। ਦੈਨ ਉਸ ਤੋਂ ਬਾਅਦ ਹੈਗਾ ਆ ਕੌਂਡਾਨਾ, ਕੌਂਡਾਨਾ ਸੌਫਟ ਫਰਡ ਰੈਟ, ਠੀਕ ਹੈ। ਦੈਨ ਅਗੇਨ ਬਹੁਤ ਇੰਪੋਰਟੈਂਟ ਆ ਨਾਮਦਫਾ ਫਲਾਇੰਗ ਸਕੁਇਰਲ, ਫਲਾਇੰਗ ਸਕੁਇਰਲ, ਠੀਕ ਹੈ, ਗਲੈਰੀ ਜਿੱਦਾਂ ਇਹਦੀ ਹੈਗੀ ਹੈ। ਨੈਕਸਟ ਹੈ ਐਲਵੀਰਾ ਰੈਟ ਔਰ ਲਾਰਜ ਰੌਕ ਰੈਟ ਵੀ ਇਹਨੂੰ ਬੋਲਦੇ ਆ, ਸੋ ਇਹ ਕੁਛ ਸਪੀਸ਼ੀਜ਼ ਨੇ ਜਿਹੜੀਆਂ ਕਿ ਕ੍ਰਿਟੀਕਲੀ ਇੰਡੇਂਜਰਡ ਦੇ ਵਿੱਚ ਵਾਰ ਵਾਰ ਪੁੱਛੀਆਂ ਜਾਂਦੀਆਂ ਨੇ, ਇੰਪੋਰਟੈਂਟ ਨੇ, ਤੁਸੀਂ ਇਹਨਾਂ ਨੂੰ ਵਾਰ ਵਾਰ ਪੜ੍ਹਨਾ ਹੈ, ਠੀਕ ਆ। ਹੁਣ ਮੈਂ ਤੁਹਾਨੂੰ ਕੁਛ ਦੱਸੂੰਗੀ ਸਪੀਸ਼ੀਜ਼ ਜਿਹੜੀਆਂ ਕਿ ਇੰਡੇਂਜਰਡ ਨੇ ਔਰ ਵਾਰ ਵਾਰ ਰਿਪੀਟ ਹੁੰਦੀਆਂ ਨੇ ਇਗਜ਼ਾਮਸ ਦੇ ਵਿੱਚ, ਸੋ ਉਹਦੇ ਵਿੱਚ ਸਭ ਤੋਂ ਪਹਿਲਾਂ ਲਿਖੋ ਢੋਲ, ਢੋਲ ਨੂੰ ਏਸ਼ੀਆਟਿਕ ਵਾਈਲਡ ਡੌਗ ਵੀ ਬੋਲਦੇ ਆ, ਠੀਕ ਹੈ, ਏਸ਼ੀਆਟਿਕ ਵਾਈਲਡ ਡੌਗ ਜਾਂ ਫਿਰ ਇੰਡੀਅਨ ਵਾਈਲਡ ਡੌਗ ਵੀ ਇਹਨੂੰ ਬੋਲਦੇ ਆ, ਸੋ ਇਹ ਕੀ ਹੈ ਇੰਡੇਂਜਰਡ ਕੈਟੇਗਰੀ ਦੇ ਵਿੱਚ ਆ। ਸੈਕਿੰਡ ਜਿਹੜੀ ਇੰਡੇਂਜਰਡ ਆ ਦੈਟ ਇਜ਼ ਗੋਲਡਨ ਲੰਗੂਰ, ਠੀਕ ਹੈ। ਥਰਡ ਜਿਹੜੀ ਹੈ ਦੈਟ ਇਜ਼ ਇੰਦਸ ਰਿਵਰ ਡੋਲਫਿਨ, ਇੰਦਸ ਰਿਵਰ ਡੋਲਫਿਨ। ਸੋ ਇੰਡੇਂਜਰਡ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਦੇਖੋਗੇ ਜਿਹੜੀਆਂ ਵਾਰ ਵਾਰ ਇਗਜ਼ਾਮਸ ਦੇ ਵਿੱਚ ਪੁੱਛੀਆਂ ਜਾਂਦੀਆਂ ਨੇ। ਫਿਰ ਇੰਡੀਅਨ ਪੈਂਗੁਲਿਨ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ, ਸੋ ਚਾਈਨੀਜ਼ ਪੈਂਗੁਲਿਨ ਕ੍ਰਿਟੀਕਲੀ ਇੰਡੇਂਜਰਡ ਆ, ਇੰਡੀਅਨ ਪੈਂਗੁਲਿਨ ਜਿਹੜਾ ਇੰਡੇਂਜਰਡ ਆ। ਦੈਨ ਲੋਇਨ ਟੇਲਡ ਮਕਾਕ, ਲੋਇਨ ਟੇਲਡ ਮਕਾਕ, ਠੀਕ ਹੈ, ਇਹਨੂੰ ਵਾਂਡਰੂ ਵੀ ਬੋਲਦੇ ਆ, ਸੋ ਇਹ ਕੀ ਆ ਇੰਡੇਂਜਰਡ ਆ। ਫਿਰ ਉਸ ਤੋਂ ਬਾਅਦ ਨੀਲਗਿਰੀ ਟਾਰ, ਇਹ ਵੀ ਇੰਡੇਂਜਰਡ ਆ। ਦੈਨ ਮਾਲਾਬਾਰ ਟ੍ਰੀ ਟੋਡ, ਮਾਲਾਬਾਰ ਟ੍ਰੀ ਟੋਡ, ਇਹ ਵੀ ਇੰਡੇਂਜਰਡ ਆ। ਦੈਨ ਇੰਡੀਅਨ ਹੌਗ ਡੀਅਰ ਇੰਡੇਂਜਰਡ ਆ। ਦੈਨ ਰੈੱਡ ਪਾਂਡਾ ਇੰਡੇਂਜਰਡ ਆ, ਸਿੱਕਿਮ ਦਾ ਸਟੇਟ ਐਨੀਮਲ ਵੀ ਹੈ, ਠੀਕ ਹੈ। ਦੈਨ ਉਸ ਤੋਂ ਬਾਅਦ ਏਸ਼ੀਆਟਿਕ ਲੋਇਨ ਇੰਡੇਂਜਰਡ ਆ, ਬਰਾਊਨ ਐਂਟਲ ਡੀਅਰ
ਬਰਾਊਨ ਐਂਟਲਡ ਡੀਅਰ ਇੰਡੇਂਜਰਡ ਆ, ਮਸਕ ਡੀਅਰ ਇੰਡੇਂਜਰਡ ਆ, ਟਾਈਗਰ ਇੰਡੇਂਜਰਡ ਆ, ਠੀਕ ਹੈ, ਐਲੀਫੈਂਟ ਇੰਡੇਂਜਰਡ ਆ, ਸੋਰੀ ਐਲੀਫੈਂਟ, ਰਾਈਟ। ਸੋ ਇਹ ਕੀ ਹੈ, ਕੁਛ ਇੰਪੋਰਟੈਂਟ ਇੰਡੇਂਜਰ ਸਪੀਸ਼ੀਜ਼ ਹੈ। ਹੁਣ ਮੈਂ ਤੁਹਾਨੂੰ ਦੱਸਾਂਗੀ ਕੁਛ ਇੰਪੋਰਟੈਂਟ ਵਲਨਰੇਬਲ ਸਪੀਸ਼ੀਜ਼, ਠੀਕ ਹੈ, ਜਿਹਦੇ ਵਿੱਚ ਸਭ ਤੋਂ ਪਹਿਲਾਂ ਗ੍ਰੇਟ ਹੌਰਨਬਿਲ ਬਹੁਤ ਵਾਰੀ ਪੁੱਛਿਆ ਜਾਂਦਾ ਐਗਜ਼ਾਮ ਦੇ ਵਿੱਚ, ਸਨੋ ਲੈਪਰਡ ਬਹੁਤ ਵਾਰੀ ਪੁੱਛਿਆ ਜਾਂਦਾ ਐਗਜ਼ਾਮ ਦੇ ਵਿੱਚ, ਠੀਕ ਹੈ, ਹਿਮਾਚਲ ਪ੍ਰਦੇਸ਼ ਦਾ ਸਟੇਟ ਐਨੀਮਲ ਵੀ ਹੈ, ਦੈਨ ਪਾਕਿਸਤਾਨ ਦਾ ਵੀ ਹੈ, ਗ੍ਰੇਟ ਵਨ ਹੌਰਨਡ ਰਾਈਨੋ ਬਹੁਤ ਵਾਰੀ ਪੁੱਛਿਆ ਜਾਂਦਾ ਆ, ਠੀਕ ਹੈ, ਸੋ ਇਹ ਵੀ ਕੀ ਹੈ, ਵਲਨਰੇਬਲ ਆ। ਦੈਨ ਮਗਰ ਕਰੋਕੋਡਾਈਲ, ਮਗਰ ਕਰੋਕੋਡਾਈਲ, ਠੀਕ ਹੈ, ਇੱਕ ਸਾਲਟ ਵਾਟਰ ਕਰੋਕੋਡਾਈਲ ਹੁੰਦਾ, ਲੀਸਟ ਕੰਸਰਨ ਆ, ਲੇਕਿਨ ਮਗਰ ਕਰੋਕੋਡਾਈਲ ਜਿਹੜਾ ਵਲਨਰੇਬਲ ਆ। ਦੈਨ ਓਲਿਵ ਰਿਡਲੀ ਟਰਟਲ, ਬਹੁਤ ਵਾਰੀ ਕੁਐਸਚਨ ਜਿਹੜਾ ਇਹ ਪੁੱਛਿਆ ਜਾਂਦਾ, ਓਲਿਵ ਰਿਡਲੀ ਟਰਟਲ ਦਾ IUCN ਸਟੇਟਸ ਵਲਨਰੇਬਲ ਆ। ਦੈਨ ਸਾਰਸ ਕਰੇਨ, ਹਾਲ ਹੀ ਦੇ ਵਿੱਚ ਉੱਤਰ ਪ੍ਰਦੇਸ਼ ਨੇ ਇਹਨੂੰ ਆਪਣਾ ਸਟੇਟ ਬਰਡ ਵੀ ਜਿਹੜਾ ਅਨਾਊਂਸ ਕੀਤਾ ਆ ਸਾਰਸ ਕਰੇਨ ਨੂੰ, ਠੀਕ ਹੈ, ਯਾਦ ਰੱਖਿਓ, ਸੋ ਇਹ ਵੀ ਕੀ ਹੈ, ਵਲਨਰੇਬਲ ਆ। ਦੈਨ ਨੀਲਗਿਰੀ ਲੰਗੂਰ, ਨੀਲਗਿਰੀ ਟਾਰ ਬਾਰੇ ਆਪਾਂ ਪੜ੍ਹਿਆ ਸੀਗਾ ਜਿਹੜੀ ਕਿ ਐਂਡੇਂਜਰਡ ਆ, ਨੀਲਗਿਰੀ ਲੰਗੂਰ ਜਿਹੜਾ ਆ ਵਲਨਰੇਬਲ ਆ। ਹੁਣ ਇੱਕ ਨੀਅਰ ਥਰੈਟਨਡ ਸਪੀਸ਼ੀਜ਼ ਹੈ ਜਿਹਦੇ ਬਾਰੇ ਪੁੱਛਿਆ ਜਾਂਦਾ ਹੁੰਦਾ ਬਾਰ ਬਾਰ ਐਗਜ਼ਾਮ ਦੇ ਵਿੱਚ, ਦੈਟ ਇਜ਼ ਵਾਈਲਡ ਐਸ, ਠੀਕ ਹੈ, ਅਤੇ ਲੀਸਟ ਕੰਸਰਨ ਦੇ ਵਿੱਚ ਜ਼ਿਆਦਾਤਰ ਪੁੱਛਿਆ ਜਾਂਦਾ ਹੁੰਦਾ ਆ ਸਾਲਟ ਵਾਟਰ ਕਰੋਕੋਡਾਈਲ, ਜਿਹੜਾ ਕਿ ਮੈਂ ਤੁਹਾਨੂੰ ਉੱਪਰ ਦੱਸਿਆ ਹੀ ਹੈ, ਠੀਕ ਹੈ, ਸਾਲਟ ਵਾਟਰ ਕਰੋਕੋਡਾਈਲ ਅਤੇ ਗੋਲਡਨ ਜੈਕਲ। ਗੋਲਡਨ ਜੈਕਲ ਜਿਹੜਾ ਆ ਇਹ ਵੀ ਲੀਸਟ ਕੰਸਰਨ ਆ, ਠੀਕ ਹੈ। ਸੋ ਇਸ ਤੋਂ ਬਾਅਦ ਜਿਹੜਾ ਆ ਨੈਕਸਟ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਕਨਵੈਨਸ਼ਨਸ ਕਰਾਊਂਗੀ ਜਿਹੜੀਆਂ ਕਿ ਜਿਹਦੇ ਵਿੱਚ ਸਟਾਕਹੋਮ ਕਨਵੈਨਸ਼ਨ, ਮੌਂਟਰੀਅਲ ਪ੍ਰੋਟੋਕੋਲ ਸਾਰੀਆਂ ਚੀਜ਼ਾਂ ਆਉਂਦੀਆਂ ਨੇ, ਠੀਕ ਹੈ, ਸੋ ਜੁੜੇ ਰਹੋ ਫਤਿਹ ਐਡੂਕੋਮ ਦੇ ਨਾਲ। ਥੈਂਕ ਯੂ ਸੋ ਮੱਚ।